ਜੋਗੋ ਜੋਗਾ ਟਾਲ ਤਨ ਤਨ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਕੌਮੀ ਦਰਦ ਨੂੰ ਲੈ ਕੇ ਇਕੱਤਰ ਹੋਈ ਗੁਰਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਬੁਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਬੁਲਾ ਰਿਆ ਨੇ ਬਹੁਤ ਹੀ ਅੰਦਰਲੇ ਬਲਵਲੇ ਜਿਹੜੇ ਨੇ ਜੋ ਵਿਚਾਰ ਨੇ ਉਹ ਸਾਂਝੇ ਕੀਤੇ ਨੇ ਔਰ ਮੈਂ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਅੱਜ ਸਿੱਖ ਕੌਮ ਦੇ ਜੋ ਦੁਰਦਸ਼ਾ ਹੋ ਰਹੀ ਹੈ ਜਿੰਨੇ ਨਿਵਾਨ ਨੂੰ ਅਸੀਂ ਚਲੇ ਗਏ ਆ ਬਹੁਤ ਸਾਡੇ ਮਸਲੇ ਕੌਮ ਜਿਹੜੇ ਸਾਡੇ ਕੌਮੀ ਜੋਧੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੈ ਜਾਂ ਸ੍ਰੀ ਸ੍ਰੀ ਗੁਰੂ ਰੰਧ ਸਾਹਿਬ ਦੇ ਸਰੂਪਾਂ ਦੀ ਚੋਰੀ ਦੀ ਗੱਲ ਹੈ ਤਾ ਇੱਥੇ ਸੁਪਰੀਮ ਕੋਰਟ ਦੇ ਜੱਜਾਂ ਦੀ ਗੱਲ ਜਾਂ ਹੋਰ ਜਿੰਨੀਆਂ ਵੀ ਗੱਲਾਂ ਚੱਲ ਰਹੀਆਂ ਨੇ ਬਹੁਤ ਮਸਲੇ ਥੋੜੇ ਨਹੀਂ ਲੇਕਿਨ ਇੱਕ ਬਿੰਦੂ ਹੈ ਕਿ ਜੇਕਰ ਸ਼੍ਰੋਮਣੀ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਸਰਾ ਪੰਜਾਬ ਸਕੂਲ ਸਿੱਖਿਆ ਵਿਭਾਗ ਪੰਜਾਬ ਸਿੱਖ ਕੌਮ ਦਾ ਤੁਰਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਸਿੱਖਾਂ ਦੀ ਨਮੈਂਦਾ ਜਮਾਤ ਜਿਨੇ ਗੁਰੂ ਕੀ ਗੋਲਕ ਦੇ ਨਾਲ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨਾ ਹੈ ਉਹਦੇ ਵੱਲੋਂ ਕੀ ਕੀਤਾ ਗਿਆ ਇੱਕ ਕਿਤਾਬ ਨਹੀਂ ਕਿੰਨੀਆਂ ਕਿਤਾਬਾਂ ਨੇ ਆਹ ਉਹ ਕਿਤਾਬ ਹੈ ਜਿਸ ਕਿਤਾਬ ਦਾ ਨਾਮ ਸਿੱਖ ਇਤਿਹਾਸ ਅਰ 722 ਪੰਨਿਆਂ ਦੀ ਆ ਲੇਖਕ ਕੋਈ ਨਹੀਂ ਪਬਲਿਕ ਸ਼੍ਰੋਮਣੀ ਕਮੇਟੀ ਕਰਦੀ ਆ ਜਿੱਚ ਇੰਨੀ ਮਾੜੀ ਸ਼ਬਦਾਵਲੀ ਲਿਖੀ ਆ ਕਿ ਜੋ ਮੈਂ ਬੋਲ ਨਹੀਂ ਸਕਦਾ ਜੇ ਕਿਸੇ ਨੇ ਜਿਹਨੂੰ ਨਹੀਂ ਪਤਾ ਬਹੁਤ ਸਾਰੇ ਲੋਕ ਹੋਏ ਨੇ ਜਿਨ੍ਹਾਂ ਨੂੰ ਅਜੇ ਤੱਕ ਇਹ ਪਤਾ ਹੀ ਨਹੀਂ ਵੀ ਇਸ ਕਿਤਾਬ ਚ ਲਿਖਿਆ ਕੀ ਹੈ ਐਡੀ ਮਾੜੀ ਸ਼ਬਦਾਵਲੀ ਲਿਖੇ ਸ਼੍ਰੋਮਣੀ ਕਮੇਟੀ ਉੱਤੇ ਹੋਵੇ ਕੇਸ ਤੇ ਸ਼੍ਰੋਮਣੀ ਕਮੇਟੀ ਅਦਾਲਤ ਚ ਆ ਕੇ ਜਵਾਬ ਦੇਵੇ ਕਿ ਇਸ ਕਿਤਾਬ ਨੂੰ ਪਬਲਿਸ਼ ਹੋਈ ਨੂੰ 6 ਸਾਲ ਹੋ ਗਿਆ ਇੱਥੇ ਕੋਈ ਕੇਸ ਨਹੀਂ ਬੰਨਦਾ ਤੇ ਉਹ ਕੇਸ ਹੋ ਜੇ ਖਾਰਜ ਤੇ ਸਾਡੇ ਕਿਤੇ ਪਸੀਨਾ ਹੀ ਨਾ ਆਵੇ ਆ ਗੁਰਮਤਿ ਪ੍ਰਕਾਸ਼ ਮੈਗਜ਼ੀਨ ਜੋ ਹਰ ਮਹੀਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਬਲਿਸ਼ ਹੁੰਦਾ ਹੈ ਇਹ ਦਸੰਬਰ 2013 ਦਾ ਹੈ ਔਰ ਇਹਦੇ ਵਿੱਚ ਚਾਰੋਂ ਸਹਿਬਜ਼ਾਦਿਆਂ ਦੀਆਂ ਕੇਸਾਂ ਦੀ ਕਟਿੰਗ ਤੇ ਸਿਰਾਂ ਤੇ ਟੋਪੀਆਂ ਆਜ ਤੱਕ ਇਸ ਤੇ ਹੁਣ ਤੱਕ ਇਹ ਦੱਸੋ ਵੀ ਕੌਮ ਨੇ ਕੀ ਕੀਤਾ ਹੈ ਇੱਥੇ ਸਾਡੇ ਫਰਜ਼ ਕੀ ਬਣਦੇ ਸੀ ਜ਼ਿੰਮੇਵਾਰੀਆਂ ਕੀ ਬਣਦੀਆਂ ਕੀ ਅਸੀਂ ਪੁੱਛਿਆ ਇਹਨਾਂ ਦੇ ਪਿੱਛੇ ਕੌਣ ਹੈ ਜੇ ਮੈਂ ਡਿਟੇਲ ਚ ਜਾਵਾਂ ਤਾਂ ਸਮਾਂ ਬਹੁਤ ਲੱਗੇਗਾ ਪਰ ਮੈਂ ਸਿਰਫ ਇਸ਼ਾਰੇ मात्र ਮਨ ਚ ਜੋ ਦਰਦ ਬੜੇ ਸਾਲਾਂ ਤੋਂ ਕੋਟਾਂ ਕਚਾਰੀਆਂ ਚਲਾ ਕੇ ਗਏ ਆ ਬਾਕੀ ਬਹੁਤ ਥਾਂ ਤੇ ਲੈ ਗਏ ਆ ਵੱਖ-ਵੱਖ ਸੂਬਿਆਂ ਚ ਗਏ ਆ ਪਰ ਅੱਜ ਤੱਕ ਜਿਹੜੀ ਗੱਲ ਮੰਡੀ ਦੀ ਚਾਹੀਦੀ ਸੀ ਉਹ ਨਹੀਂ ਬਣੀ ਸੋ ਆ ਉਹ ਪੈਫਲਟ ਨੇ ਜਿਹੜੇ ਨਾਗਪੁਰ ਤੋਂ ਪਬਲਿਸ਼ ਹੁੰਦੇ ਨੇ ਜਿਨ੍ਹਾਂ ਪੈਫਲਟਾਂ ਨੇ ਕਾਰਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਿਤਾਬਾਂ ਪਬਲਿਸ਼ ਕੀਤੀਆਂ ਨੇ ਅੱਜ ਆ ਫੋਟੋ ਤੁਸੀਂ ਦੇਖ ਰਹੇ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਰ ਪਬਲਿਸ਼ ਹੋਇਆ ਨਾਗਪੁਰ ਤੋਂ ਇਹਦੇ ਵਿੱਚ ਲਿਖਿਆ ਕਿ ਗੁਰੂ ਸਾਹਿਬ ਨੇ ਜੋਇ ਕੁਰਬਾਨੀ ਕੀਤੀ ਹੁਣ ਵੀ ਆ ਵੀਰ ਬਾਲ ਦੀ ਗੱਲ ਚੱਲ ਰਹੀ ਆ ਤੇ ਰਾਸ਼ਟਰ ਵਾਸਤੇ ਕੁਰਬਾਨੀ ਦੀ ਗੱਲ ਕੀਤੀ ਆ ਕੀ ਗੁਰੂ ਗੋਬਿੰਦ ਸਿੰਘ ਜੀ ਰਾਸ਼ਟਰ ਵਾਸਤੇ ਕੁਰਬਾਨ ਹੋਏ ਸੰਵੰਸ ਰਾਸ਼ਟਰ ਵਾਸਤੇ ਕੁਰਬਾਨ ਕੀਤਾ ਕਿ ਜ਼ੁਲਮ ਦੇ ਖਿਲਾਫ ਕੀਤਾ ਜੋ ਸਾਡਾ ਕਹਿਣਾ ਬਣਦਾ ਸੀ ਜੋ ਸਾਡਾ ਫਰਜ਼ ਬਣਦਾ ਸੀ ਉਹ ਨਹੀਂ ਕਰ ਸਕੇ ਪਰ ਜਿਨ੍ਹਾਂ ਨੇ ਇਹ ਗੱਲ ਮਨਾਉਣੀ ਸੀ ਉਹ ਤਾਂ ਉਹਨਾਂ ਦੇ ਨਾਲ ਰਲ ਗਏ ਅਸੀਂ ਇਹ ਗੱਲਾਂ ਬਹੁਤ ਕਰਦੇ ਆ ਬਹੁਤ ਮੰਚ 'ਤੇ ਦਰਦ ਨੇ ਦੁੱਖ ਨੇ ਮੈਂ ਕਬ ਬੇਨਤੀ ਕਰਾਂਗਾ ਕਿ ਜਦੋਂ ਪੰਜਾਬ ਸਕੂਲ ਸਿੱਖਿਆ ਭਾਗ ਅੱਗੇ ਸਾਡਾ ਧਰਨਾ ਚੱਲ ਰਿਹਾ ਸੀ ਤੇ ਭਾਈ ਗੁਰਨੇਕ ਸਿੰਘ ਜੀ ਬੈਠੇ ਨੇ ਭਾਈ ਬਲਕਾਰ ਸਿੰਘ ਜੀ ਬੈਠੇ ਨੇ ਉਦੋਂ ਵੀ ਇਹਨਾਂ ਨਾਲ ਗੱਲ ਚੱਲਦੀ ਸੀ ਵੀ ਇਹ ਜਿਹੜਾ ਆਉਣ ਵਾਲਾ ਸਮਾਂ ਸ਼੍ਰੋਮਣੀ ਕਮੇਟੀ ਦੀ ਜਿਹੜੀ ਇਲੈਕਸ਼ਨ ਆਉਣੀ ਆ ਕਿਉਂਕਿ ਇਸ ਇਲੈਕਸ਼ਨ ਦੇ ਸੰਬੰਧ ਵਿੱਚ ਹਾਈ ਕੋਰਟ 'ਚ ਵੀ ਕੇਸ ਕੀਤੇ ਨੇ ਔਰ ਇੱਕ ਗੱਲ ਮੈਂ ਭਾਜਵਾ ਸਾਹਿਬ ਨੂੰ ਉਦੋਂ ਵੀ ਦੱਸੀ ਸੀ ਅੱਜ ਫੇਰ ਦੱਸਣੀ ਚਾਹਣਾ ਹੈ ਇਹ ਪਤਾ ਨਹੀਂ ਅਜੇ ਇਲੈਕਸ਼ਨਾਂ ਨੂੰ ਇਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਪਰ ਜੇ ਇਲੈਕਸ਼ਨਾਂ ਰੁਕਦੀਆਂ ਨੇ ਨਾ ਜਿੱਥੇ ਅਸੀਂ ਲੜਨ ਦੀ ਤਿਆਰੀ ਕਰ ਰਹੇ ਹਾਂ ਨਾ ਤੇ ਜੇ ਇਲੈਕਸ਼ਨਾਂ ਰੁਕਣ ਤੇ ਪੰਥ ਇਕੱਠਾ ਹੋ ਜਾਂਦਾ ਹੈ ਤੇ ਫਿਰ ਅਸੀਂ ਐਸੀ ਸ਼ਕਤੀ ਤਿਆਰ ਕਰਕੇ ਜੇਕਰ ਮੋਦੀ ਦੀ ਧੌਣ ਚੋਂ ਕਿਲਾ ਕੱਢ ਸਕਦੇ ਹਾਂ ਕਿਸਾਨ ਇਕੱਠੇ ਹੋ ਕੇ ਉਹ ਕਿਸਾਨੀ ਮੋਰਚੇ ਦੀਆਂ ਮੰਗਾਂ ਮੰਨਵਾ ਸਕਦੇ ਆ ਤੇ ਜੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਉਹਨਾਂ ਨੂੰ ਦਿੱਸ ਪੈਂਦਾ ਕਿ ਜੇ ਸਾਡੇ ਜਿਹੜੇ ਜੋ ਜਨੇ ਤਰੇ ਚੱਟ ਉਹਨਾਂ ਨੇ ਉੱਥੇ ਨਹੀਂ ਆਉਣਾ ਤੇ ਪੰਥ ਆਏਗਾ ਤੇ ਫਿਰ ਅਸੀਂ ਇਲੈਕਸ਼ਨ ਕਰਵਾ ਵੀ ਸਕਦੇ ਹਾਂ ਇਸ ਕਰਕੇ ਮੇਰੀ ਬੇਨਤੀ ਹੈ ਕਿ ਇਹ ਲੰਬੇ ਸਮੇਂ ਤੋਂ ਸਾਡੀ ਵਿਚਾਰਕੀ ਤੇ ਗੁਰੂ ਕਿਰਪਾ ਕਰ ਰਿਹਾ ਤੇ ਇਹ ਜਿਹੜਾ ਉਪਰਾਲਾ ਅੱਜ ਜਿੱਥੇ ਕੀਤਾ ਜਿਸ ਤਰ੍ਹਾਂ ਕਿ ਸਾਡੇ ਜਿੱਥੇ ਬੰਦੀ ਵੱਲੋਂ ਪਹਿਲਾਂ ਵੀ ਆ ਉੱਥੇ ਜਿਸ ਦਿਨ ਧਰਮਕੋਟ ਸੀ ਮੀਟਿੰਗ ਉੱਥੇ ਵੀ ਸੈਂਕੜਿਆਂ ਦੇ ਹਿਸਾਬ ਨਾਲ ਗਏ ਸੀ ਅੱਜ ਵੀ ਇੱਥੇ ਸਿੰਘਾਇ ਨੇ ਔਰ ਮੈਂ ਬੇਨਤੀ ਕਰਾਂਗਾ ਕਿ ਜਿਹੜਾ ਪ੍ਰੋਗਰਾਮ ਬਣਾਇਆ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਮੜ ਕਰਕੇ ਤੇ ਫਿਰ ਆਖਰ ਵਿੱਚ ਰੈਲੀਆਂ ਕੀਤੀਆਂ ਜਾਣ ਤੇ ਉਹਨਾਂ ਜਿਹੜੇ ਸਾਡੇ ਸੱਜਣ ਨੇ ਸਾਨੂੰ ਕਿਸੇ ਦੇ ਤੇ ਪ੍ਰਥਾਏ ਕੋ ਬੋਲਣ ਚਾਹੀਦਾ ਉਹਨਾਂ ਦੀ ਆਪਣੀ ਆਪਣੀ ਵਿਚਾਰ ਹੈ ਪਰ ਅਸੀਂ ਉਹਨਾਂ ਦੇ ਕੋਲ ਜਦੋਂ ਜਾਣਾ ਗੱਲ 'ਚ ਪੱਲਾ ਪਾ ਕੇ ਇਸ ਤਰੀਕੇ ਨਾਲ ਜਾਣਾ ਕਿ ਉਹਨਾਂ ਨੂੰ ਮੰਨਣ ਵਾਸਤੇ ਮਨਜ਼ੂਰ ਆ ਪਏ ਤੇ ਆਉਣ ਵਾਲੇ ਸਮੇਂ 'ਚ ਜੋ ਹਰ ਬੱਚਾ-ਬੱਚਾ ਇਹ ਚਾਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਚ ਬਦਲਾਅ ਚਾਹੁੰਦਾ ਹੈ ਤੇ ਫਿਰ ਉਹਦਾ ਇਲਾਜ ਇੱਕੋ ਹੀ ਆ ਕਿ ਇੱਕ ਦੇ ਬਰਾਬਰ ਇੱਕ ਆਏ ਸੋ ਇਹ ਗੱਲਾਂ ਬਹੁਤ ਹੋਈਆਂ ਨੇ ਮੇਰੀ ਇਹੀ ਬੇਨਤੀ ਆ ਕਿ ਸਾਨੂੰ ਹਰ ਜਲਜ ਅਤੇ ਜੋ ਕਿਸਾਨੀ ਮਸਲੇ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਦੇ ਸਬੰਧ ਵਿੱਚ ਵੀ ਸਾਡੀ ਜਿਹੜੀ ਆ ਉਹ ਤਿਆਰੀ ਹੋ ਰਹੀ ਆ ਦੋ ਤਰੀਕ ਨੂੰ ਵੀ ਸਾਡੀ ਇੱਥੇ ਕਰੈਲੀਆ ਜੰਡਿਆਲਾ ਗੁਰੂ ਤੇ ਉਸ ਤੋਂ ਬਾਅਦ 6 ਤਰੀਕ ਨੂੰ ਬਰਨਾਲੇ ਆ ਤੇ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਕਿਸਾਨ ਰਲੀਆਂ ਦੇ ਵਿੱਚ ਵੀ ਸਹਿਯੋਗ ਦਿੱਤਾ ਜਾਵੇ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਉਹਨਾਂ ਨੂੰ ਮਨਵਾ ਜਾਵੇ ਤੇ ਉਹੀ ਕਿਸਾਨ ਵੀਰ ਅਸੀਂ ਵੀ ਕਿਸਾਨਾਂ ਦੇ ਵਿੱਚ ਵੀ ਆ ਤੇ ਧਾਰਮਿਕ ਤੌਰ ਤੇ ਵੀ ਆ ਤੁਹਾਡੇ ਨਾਲ ਇੱਕ ਵਾਅਦਾ ਹੈ ਕਿ ਇਹ ਜਿਹੜਾ ਪ੍ਰੋਗਰਾਮ ਜੋ ਪੰਜ ਪ੍ਰਥਾ ਜੋ ਗੁਰੂ ਸਾਹਿਬ ਨੇ ਚਲਾਈ ਸੀ ਉਹਨੂੰ ਜੇ ਅਸੀਂ ਬਹਾਲ ਕਰ ਜਾਨੇ ਆ ਤੇ ਕੋਈ ਵੀ ਸ਼ਕਤੀ ਦੁਨੀਆ ਤੇ ਸਾਨੂੰ ਹਰਾ ਨਹੀਂ ਸਕਦੀ ਬਸ਼ਰਤੇ ਆ ਕਿ ਅਸੀਂ ਇਮਾਨਦਾਰੀ ਨਾਲ ਤਨਦੇਹੀ ਨਾਲ ਜਿੱਥੇ ਬਾਕੀ ਕੰਮ ਕਰਦੇ ਆ ਤੇ ਉੱਥੇ ਵੀ ਇਹ ਜੇ ਕੰਮ ਕਰਾਂਗੇ ਤੇ ਇਹ ਗੱਲ ਨਹੀਂ ਕਿ ਸਾਨੂੰ ਇੱਕ ਕਾਮਯਾਬੀ ਮਿਲੀ ਭਰੋਸਾ ਗੁਰੂ ਤੇ ਗੁਰੂ ਤੇ ਭਰੋਸੇ ਕਰਕੇ ਹੀ ਚੱਲੇ ਆ ਰਹੇ ਹਾਂ ਸਿੰਘ ਵੀ ਬਾਹਰ ਆਉਣਗੇ ਗੁਰੂ ਮਹਾਰਾਜ ਦੇ ਜਿਹੜੇ ਸਰੂਪ ਚੋਰੀ ਹੋਏ ਨੇ ਉਹ ਵੀ ਬਾਹਰ ਆਉਣਗੇ ਪਰ ਜਿੱਥੇ ਗੁਰੂ ਨੂੰ ਹੀ ਚੋਰ ਡਾਕੂ ਕਾਤਲ ਕਹਿ ਕੇ ਗੁਰਿਆਈ ਨੂੰ ਹੀ ਸਿੱਖ ਧਰਮ ਨੂੰ ਹੀ ਰੱਦ ਕੀਤਾ ਜਾਵੇ ਗੁਰੂਆਂ ਦੇ ਉੱਤੇ ਐਡੇ ਵੱਡੇ ਇਲਜ਼ਾਮ ਲਾਏ ਗਏ ਹੋਣ ਤੇ ਜੇ ਆਪਾਂ ਉੱਥੇ ਚੁੱਪਾਂ ਤੇ ਫਿਰ ਬਣੇਗਾ ਕੀ ਸੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਜੋ ਅੱਗੇ ਪ੍ਰੋਗਰਾਮ ਅਲਿਖੇ ਜਾਣੇ ਨੇ ਵਲਤ ਤਨ ਦੇਹੀ ਨਾਲ ਕੰਮ ਕਰਨ ਵਾਸਤੇ ਵਾਦਾ ਕਰਦੇ ਹੋਏ ਫਤੇ ਅਰਜ਼ ਕਰਦਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ